ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ SKTV ਗੁਰਬਾਣੀ ਐਂਡ ਨਿਊਜ਼ ਵਿੱਚ। ਬੀਤੇ ਦਿਨ ਬਿਹਾਰ ਸਟੇਟ ਕੇ ਪੋਲਿਊਸ਼ਨ ਕੰਟਰੋਲ ਬੋਰਡ ਕੇ IFC ਮੈਂਬਰ ਸੈਕਟਰੀ ਸ੍ਰੀ ਐਸ ਚੰਦਰ ਸ਼ੇਖਰ ਜੀ ਗੁਰਦੁਆਰਾ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਕੇ ਦਰਸ਼ਨ ਕੇ ਲੀਏ ਆਏ ਥੇ, ਜਹਾਂ ਉਨਕੀ ਵਾਰਤਲਾਪ ਪ੍ਰਬੰਧਕ ਕਮੇਟੀ ਕੇ ਪ੍ਰਧਾਨ ਅਵਤਾਰ ਸਿੰਘ ਹੀਤ ਏਵਮ ਜਨਰਲ ਸੈਕਟਰੀ ਮਹਿੰਦਰ ਪਾਲ ਸਿੰਘ ਢਿੱਲੋਂ, ਮੈਂਬਰ ਰਾਜਾ ਸਿੰਘ, ਸੂਰਜ ਸਿੰਘ ਨਲਵਾ, ਸੁਪਰੀਟੈਂਡੈਂਟ ਦਲਜੀਤ ਸਿੰਘ ਸੇ ਹੋਈ। ਗੁਰੂ ਦਰਸ਼ਨ ਕਰਨੇ ਏਵਮ ਸਿਰੋਪਾ ਲੈਣੇ ਕੇ ਬਾਅਦ ਗੁਰਦੁਆਰਾ ਕੰਗਨ ਘਾਟ ਕੇ ਪਿਛਲੇ ਸਾਈਡ 24 ਤਰੀਕ ਕੋ ਰੱਖੀ ਗਈ ਸਕੂਲ ਕੀ ਨੀਂਹ ਕੇ ਦੌਰਾਨ ਜਾਇਜ਼ਾ ਲੈਣੇ ਕੇ ਲਿਏ ਗਏ ਔਰ ਇਹਨੋਨੇ ਪ੍ਰਬੰਧਕ ਕਮੇਟੀ ਕੋ ਬੇਚਿੰਤ ਹੋਕਰ ਸਕੂਲ ਕੀ ਸ਼ੁਰੂਆਤ ਕਰਨੇ ਕੋ ਕਹਾ ਏਵਮ ਹਰ ਸੰਭਾਵ ਸਾਥ ਰਹਿਣੇ ਕਾ ਆਸਰਨ ਦਿਆ। ਜਦੋਂ ਸਾਡੇ ਚੈਨਲ ਵਿੱਚ ਨਏ ਹੋ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਫੋਲੋ ਕਰੋ ਫੇਸਬੁੱਕ ਵਿੱਚ ਔਰ ਇੰਸਟਾਗ੍ਰਾਮ ਵਿੱਚ। ਔਰ ਵੀ ਅਗਲੇ ਨਏ ਨਏ ਵੀਡੀਓ ਬ੍ਰੇਕਿੰਗ ਨਿਊਜ਼ ਵਾਲੇ ਪਾਉਣ ਵਾਸਤੇ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਔਰ ਇਸ ਵੀਡੀਓ ਨੂੰ ਲਾਈਕ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।